ਜਿਹੜਾ ਰਿਪਬਲਿਕ ਡੇ ਹੈ ਉਹ ਸਾਰੇ ਹਿੰਦੁਸਤਾਨ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ। ਭਾਵੇਂ ਆਜ਼ਾਦੀ ਤਾਂ ਸਾਨੂੰ 1947 'ਚ ਮਿਲੀ ਸੀ, ਬਟ ਰਿਪਬਲਿਕ ਡੇ ਦੀ ਇੰਪੋਰਟੈਂਸ ਐਵੇਂ ਆ ਵੀ 1950 'ਚ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਹਨੂੰ ਅਸੀਂ ਧੂਮਧਾਮ ਨਾਲ ਉਹ ਮਨਾਉਂਦੇ ਹਾਂ। ਅਤੇ ਉਸੇ ਲੜੀ ਦੇ ਵਿੱਚ ਵੱਖ ਵੱਖ ਆਫਿਸਰ ਦੀ ਡਿਊਟੀ ਹੈ, ਉਹ ਵੱਖ ਵੱਖ ਡਿਸਟ੍ਰਿਕਟਸ ਦੇ ਵਿੱਚ ਲੱਗੀ ਹੈ। ਇੱਥੇ ਜਿਹੜੇ ਮਿਸਟਰ ਸੋਨੀ ਜਿਹੜੇ SSP ਸਾਹਿਬ ਹੈ ਇਹ ਬੜੇ ਕਾਬਲ ਅਤੇ ਕੰਪੀਟੈਂਟ ਹੈ, ਇਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਹੈ। ਮੈਂ ਕੱਲ੍ਹ ਵੀ ਆਇਆ ਸੀ ਇਹਨਾਂ ਨਾਲ, ਜਿਹੜੀ ਮੁੱਢਲੀ ਡਿਸਕਸ਼ਨ ਹੋਈ ਸੀ। ਅੱਜ ਫੁੱਲ ਡਰੈਸ ਰਿਹਰਸਲ ਹੈ, ਪਰ ਪਤਾ ਹੁੰਦਾ ਵੀ ਲੋਕ ਜਦੋਂ ਆਉਂਦੇ ਆ ਇਹੋ ਜਿਹਾ ਕੋਈ ਆਪਾਂ ਜਿਹੜਾ ਦਿਹਾੜਾ ਮਨਾਉਂਦੇ ਹਾਂ ਅਤੇ ਉਹਦੀ ਇੰਪੋਰਟੈਂਸ ਦੇ ਨਾਲ ਨਾਲ ਸਾਡਾ ਮਕਸਦ ਹੁੰਦਾ ਵੀ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਉਹ ਸੈਲੀਬ੍ਰੇਸ਼ਨ ਵੀ ਹੋ ਜੇ, ਨਾਲ ਨਾਲ ਸ਼ਰਾਰਤੀ ਅਨਸਰ ਹੈ ਉਹ ਕੋਈ ਨਾ ਕੋਈ ਇਹੋ ਜਿਹੇ ਵਿੱਚ ਵਿਘਨ ਨਾ ਪਾਵੇ ਅਤੇ ਸ਼ਰਾਰਤ ਨਾ ਕਰੇ। ਉਹਦੇ ਲਈ ਇੰਤਜ਼ਾਮ ਹੈ, ਜਿਹੜੇ ਬੰਦੋਬਸਤ ਹੁੰਦੇ ਸਿਕਿਉਰਿਟੀ ਬੰਦੋਬਸਤ ਹੈ ਉਹ ਵੀ ਉਸੇ ਨੂੰ ਮਤਲਬ ਅਸੀਂ ਕਰਦੇ ਹਾਂ। ਅਤੇ ਅਸੀਂ ਉਮੀਦ ਕਰਦੇ ਹਾਂ ਜਿਸ ਢੰਗ ਨਾਲ ਇੰਤਜ਼ਾਮ ਕੀਤੇ ਵੀ ਹੈ, ਪਲੈਨ ਕੀਤੀ ਵੀ ਹੈ, ਉਹ ਵੱਖ ਵੱਖ ਸਬ ਡਿਵੀਜ਼ਨ ਦੇ ਵਿੱਚ ਵੀ ਫੰਕਸ਼ਨ ਹੋ ਰਹੇ ਹੈ ਅਤੇ ਉਹ ਜਿਹੜਾ ਡਿਸਟ੍ਰਿਕਟ ਮੋਗੇ ਦੇ ਵਿੱਚ ਸਾਰੇ ਅਮਨ ਚੈਨ ਨਾਲ ਅਸੀਂ ਵਚਨਬੰਦ ਹਾਂ ਉਹਦੇ ਲਈ ਵੀ ਸਾਰੇ ਜਿਹੜੇ ਰਿਪਬਲਿਕ ਡੇ ਫੰਕਸ਼ਨ ਹੈ। ਨਹੀਂ ਦੇਖੋ ਚੇਤਾਵਨੀ ਕੁਛ ਨਹੀਂ ਜੀ, ਇਹ ਸ਼ੁਰੂ ਦੇ ਵਿੱਚ ਜਿਹੜੀ ਪੁਲਿਸ ਦੀ ਜਿਹੜੀ ਹਮੇਸ਼ਾ ਹੀ ਡਿਊਟੀ ਹੁੰਦੀ ਹੈ ਉਹਦੇ ਵਿੱਚ ਹੁੰਦਾ ਵੀ ਪੀਸ ਮੇਨਟੇਨ ਕਰਨਾ, ਅਤੇ ਉਹ ਪੀਸ ਮੇਨਟੇਨ ਕਰਨ ਲਈ ਅਸੀਂ ਆਪਦਾ ਸਾਰਾ ਕਈ ਆਪਦੇ ਜਿਹੜੇ ਉਹ ਢੰਗ ਤਰੀਕੇ ਆ ਬੰਦੋਬਸਤ ਆ ਅਸੀਂ ਹਮੇਸ਼ਾ ਹੀ ਕਰਦੇ ਆਏ ਹਾਂ। ਅਤੇ ਉਸ ਕਰਕੇ ਕੋਈ ਸਪੈਸੀਫਿਕ ਕਿਹਨੇ ਚੇਤਾਵਨੀ ਦਿੱਤੀ ਜਾਂ ਉਸ ਗੱਲ ਦੇ ਵਿੱਚ ਜਾਏ ਬਿਨਾਂ, ਅਦਰਵਾਈਜ਼ ਹੀ ਸਾਡਾ ਇਹ ਡਿਊਟੀ ਹੁੰਦੀ ਹੈ ਜਿਹੜੇ ਇਹੋ ਜਿਹੇ ਤਿਉਹਾਰ ਜਿਹੜਾ ਦੇਖ ਇੱਦੋਂ ਵੱਡਾ ਕਿਹੜਾ ਹੋ ਸਕਦਾ ਜਿਹੜਾ ਕਾਨੂੰਨ ਦਾ ਰਾਜ, ਅਤੇ ਅਸੀਂ ਜਿਹੜਾ ਕੱਲ੍ਹ ਵੀ ਜਿਹੜੀ ਡਿਊਟੀ ਦੇਣੀ ਹੈ ਅਤੇ ਜਾਂ ਪਹਿਲਾਂ ਵੀ ਡਿਊਟੀਆਂ ਦਿੰਦੇ ਹਾਂ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਹੀ ਦਿੰਦੇ ਹਾਂ। ਅਤੇ ਇਹ ਤਾਂ ਇਹਦੀ ਇੰਪੋਰਟੈਂਸ ਹੀ ਇਉਂ ਆ, 26 ਜਨਵਰੀ ਦਾ ਸੰਵਿਧਾਨ ਹੀ ਉਸ ਦਿਨ ਆਪਣਾ ਲਾਗੂ ਹੋਇਆ, ਅਤੇ ਇਸ ਲਈ ਕਾਨੂੰਨ ਦਾ ਰਾਜ ਹੀ ਹਮੇਸ਼ਾ ਲਾਗੂ ਹੋਣਾ ਚਾਹੀਦਾ, ਉਸੇ ਲਈ ਡਿਊਟੀ ਦੇਵਾਂਗੇ।